ਫਿਰੋਜ਼ਪੁਰ ਸ਼ਹਿਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨਗਰ ਕੌਂਸਲ ਚੋਣਾਂ ਲਈ ਫਿਰੋਜ਼ਪੁਰ ਦੇ ਵੱਖ-ਵੱਖ ਵਾਰਡਾਂ ਵਿੱਚ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੋਗਾ ਵਿਖੇ ਹੋਏ ਦੋ ਕਤਲੇਆਮ ਬਾਰੇ ਬੋਲਦਿਆਂ ਕਿਹਾ ਕਿ ਕਾਂਗਰਸ ਗੁੰਡਾਗਰਦੀ ਕਰ ਰਹੀ ਹੈ ਜੋ ਸਾਹਮਣੇ ਹੈ, ਤਾਂ ਸ਼੍ਰੋਮਣੀ ਅਕਾਲੀ ਦਲ ਦੀ ਨਾਮਜ਼ਦਗੀ ਨੂੰ ਰੱਦ ਕਰਵਾਇਆ ਹੈ। ਜਦੋਂ ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਵਿੱਚ ਸਖ਼ਤ ਭਾਸ਼ਣ ਦਿੱਤਾ ਤਾਂ ਉਹਨਾਂ ਕਿਹਾ ਕਿ ਉਹਨਾਂ ਨੇ ਚੰਗਾ ਕੀਤਾ ਕਿ ਉਹ ਪੰਜਾਬ ਲਈ ਬੋਲਦੇ ਹਨ, ਉਹਨਾਂ ਨੇ ਸੱਚ ਬੋਲਿਆ ਹੈ। ਮੈਨੂੰ ਕਹਿਣ ਦੀ ਲੋੜ ਨਹੀਂ ਭਾਜਪਾ ਦੇ ਉਹਰੇ ਜਵਾਬ ਦੇ, ਉਹ ਤਾਂ ਕੋਈ ਦੇ ਸਕਦੇ ਜਵਾਬ। ਮੋਗਾ ਦੇ ਵਿੱਚ ਦੋ ਕਤਲ ਹੋਏ ਆ ਜੀ, ਬੜਾ ਅਫਸੋਸ ਨਾਲ ਕਹਿਣਾ ਪੈਂਦਾ, ਜਿੰਨੀ ਗੁੰਡਾਗਰਦੀ ਇਸ ਇਲੈਕਸ਼ਨ ਵਿੱਚ ਕਾਂਗਰਸ ਕਰ ਰਹੀ ਹੈ। ਆਹ ਕਾਂਗਰਸ ਆਹ ਇਲੈਕਸ਼ਨ ਨਹੀਂ ਹੈ, ਸਮਝ ਲਓ ਸਰਕਾਰੀ ਇਲੈਕਸ਼ਨ ਹੈ। ਆਹ ਗੁੰਡਾਗਰਦੀ ਨਾਲ, ਪੁਲਿਸ ਦੇ ਜ਼ੋਰ ਨਾਲ, ਅਫਸਰਾਂ ਦੇ ਜ਼ੋਰ ਨਾਲ ਡਰਾ ਕੇ ਧਮਕਾ ਕੇ ਇਲੈਕਸ਼ਨ ਲੜ ਰਹੀ ਹੈ। ਸਾਰੀ ਫੋਰਸ ਲੱਗੀ ਹੈ, ਸਾਰੇ SHO ਲੱਗੇ ਹੈ, ਸਾਰੇ ਇੰਸਪੈਕਟਰ ਲੱਗੇ ਹੈ ਡਰਾਉਣ ਵਾਸਤੇ। ਜਿਹੜੇ ਸਾਡੀ ਰੈਲੀ 'ਚ ਕੋਈ ਆ ਜਾਂਦਾ ਉਹਨੂੰ ਆਇਡੈਂਟੀਫਾਈ ਕਰ ਲੈਂਦੇ ਫੋਟੋ ਲੈ ਕੇ, ਫਿਰ ਉਹਨਾਂ ਦੀ ਦੁਕਾਨਾਂ 'ਤੇ ਰੇਡ ਮਾਰ ਲੱਗ ਜਾਂਦੇ ਕਰ ਲੈਂਦੇ। ਤਕਰੀਬਨ 500 ਦਾ ਕੈਂਡੀਡੇਟ ਹੀ ਸਾਡੇ ਰਿਜੈਕਟ ਕਰਾਤੇ, ਤੁਹਾਡੇ ਦੇਖ ਲਓ 10 ਕੈਂਡੀਡੇਟ ਤਾਂ ਇਕੱਲੇ ਤੁਹਾਡੇ ਫਿਰੋਜ਼ਪੁਰ ਸ਼ਹਿਰ ਦੇ, ਤੁਹਾਡੇ ਇੱਥੇ ਅੱਠ ਜਿਹੜੇ ਆ। ਜੇ ਕੈਂਡੀਡੇਟ ਰਿਜੈਕਟ ਕਰਨ ਦਾ ਮਤਲਬ ਕੀ ਹੈ, ਕਿਉਂਕਿ ਉਹਨੂੰ ਪਤਾ ਹਾਰ ਰਹੇ ਹੋ। ਚਲੋ ਸਾਡੇ ਕਰਤੇ, BJP ਦੇ ਨਾਲ ਦੇ ਨਾਲ ਕਰਤੇ, ਆਪ ਵੀ ਕਰਤੇ, ਉਹ ਸਾਰੇ ਕਲੀਅਰ। ਆਹ ਗੁੰਡਾਗਰਦੀ ਸਰਕਾਰ ਚੱਲ ਰਹੀ ਹੈ, ਇਹਨਾਂ ਨੂੰ ਪਤਾ ਨਹੀਂ ਕਿ ਲੋਕਾਂ ਨੇ ਕਹਿ ਜਾ ਫਤਵਾ ਦੇਣਾ ਅਗਲੇ 6 ਮਹੀਨੇ ਬਾਅਦ, 8 ਸਾਲ ਬਾਅਦ। ਸਰ ਮੈਂ ਇਹ ਕਹਿ ਰਿਹਾ ਕਿ ਕਾਂਗਰਸ ਨਾਲ ਸਾਰਾ ਕੁਛ ਹੀ, ਪੁਲਿਸ ਨਾਲ ਲੱਗੀ ਹੈ, ਸ਼ਰਾਬ ਵੰਡਣ 'ਤੇ ਹੀ ਪੁਲਿਸ ਲੱਗੀ ਹੈ, ਨਸ਼ੇ ਵੰਡਣ 'ਤੇ ਹੀ ਪੁਲਿਸ ਲੱਗੀ ਹੈ। ਮੈਂ ਕਹਿੰਦਾ ਇਲੈਕਸ਼ਨ ਸਰਕਾਰ ਵਰਸਿਸ ਪੀਪਲ ਹੈ, ਇਲੈਕਸ਼ਨ ਜਨਤਾ ਦਾ ਇਲੈਕਸ਼ਨ ਨਹੀਂ ਹੈ। ਜਿੱਥੇ ਤੁਸੀਂ ਦੇਖ ਲਓ ਸ਼੍ਰੋਮਣੀ ਅਕਾਲੀ ਦਲ 500 ਕੈਂਡੀਡੇਟ ਉੜਾ ਤੇ 22-23 'ਚੋਂ, ਅਤੇ ਫਿਰ ਕੀ ਰਿਜ਼ਲਟ ਹੈ? ਪਰ ਫਿਰ ਵੀ ਸਾਡੇ ਵਰਕਰ ਡਟੇ ਹੈ, ਡਟਦੇ ਲੜਾਈ ਲੜਾਂਗੇ, ਪੂਰੇ ਜ਼ੋਰ ਨਾਲ ਲੜਾਂਗੇ। ਅਤੇ ਮੈਂ ਇੰਨਾ ਕਹਿਣਾ ਕਿ ਮੈਂ ਧੰਨਵਾਦ ਕਰਦਾ ਪੰਜਾਬ ਦੀ ਜਨਤਾ ਦਾ ਸਰ, ਕਿ ਜਿਵੇਂ ਸਪੋਰਟ ਦੇ ਰਿਹਾ, ਆਹ ਕਾਂਗਰਸ ਦਾ ਸਫਾਇਆ ਹੋਜੂਗਾ ਆਹ ਸਿਲੈਕਸ਼ਨ ਬਾਅਦ। ਆਹ ਇਲੈਕਸ਼ਨ ਦੇ ਬਾਅਦ ਜਿਹੜੇ ਗੁੰਡਾਗਰਦੀ ਜਿਹਨੇ ਕੀਤੀ ਹੈ, ਇਹਦੇ ਬਾਅਦ ਤੁਸੀਂ ਦੇਖੋ ਅਗਲੇ ਅਸੈਂਬਲੀ ਇਲੈਕਸ਼ਨ 'ਚ ਇਹਨੇ, ਕਿਉਂਕਿ ਗੁੰਡਾਗਰਦੀ ਚੱਲਣੀ ਨਹੀਂ, ਫਿਰ ਪਤਾ ਲੱਗੂਗਾ। ਸਰ, ਲੋਕ ਸਭਾ ਦੇ ਵਿੱਚ ਇੱਕ ਬਿਆਨ ਆਇਆ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਭ ਤੋਂ ਵੱਡਾ ਝੂਠਾ ਪ੍ਰਾਈਮ ਮਿਨਿਸਟਰ ਹੈ, ਰਾਜਪਾਲ ਯਾਦਵ ਨੇ ਕਿਹਾ, ਅੱਜ ਤੱਕ ਦਾ ਸਭ ਤੋਂ ਝੂਠਾ ਪ੍ਰਾਈਮ ਮਿਨਿਸਟਰ ਮੋਦੀ ਹੈ। ਕਿਹਨੇ ਕਿਹਾ? ਰਾਮਗੋਪਾਲ ਯਾਦਵ MP, ਤੁਸੀਂ ਵੀ ਸਮਾਜਵਾਦੀ ਪਾਰਟੀ ਕਹੋਗੇ ਯਾਰ, ਬਿਆਨ ਉਹਨੇ ਦਿੱਤਾ ਹੈ ਤੇ ਮੈਂ ਥੋੜੀ ਪ੍ਰਤੀਕਿਰਿਆ ਕੀ ਹੈ ਕਿ ਝੂਠਾ ਹੈ ਜਾਂ ਸੱਚਾ ਹੈ? ਬਾਕੀ ਵਧੀਆ ਹੁੰਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਮੁੱਖ ਮੰਤਰੀ ਸੀ ਤੇ ਪ੍ਰਧਾਨ ਮੰਤਰੀ, ਜ਼ਮੀਨ ਆਸਮਾਨ ਦਾ ਫਰਕ ਹੈ। ਕੀ ਫਰਕ ਪੈ ਗਿਆ ਸਰ? ਗੈਪ ਬਣਾ, ਤੁਸੀਂ ਦੇਖੋ ਆਈ ਬਿੱਲ, ਆਈ ਜਿਹੜਾ ਹੈਗਾ ਆਪਣਾ, ਆ ਜਿਹੜੇ ਬਿੱਲ ਆਪਾਂ 3 ਹੈ MSP ਦੇ, ਜਦੋਂ ਕਾਂਗਰਸ ਦੀ ਸੈਂਟਰ ਸਰਕਾਰ ਸੀ, ਚੀਫ ਮਿਨਿਸਟਰਾਂ ਦੀ ਕਮੇਟੀ ਬਣੀ ਸੀ, ਚੀਫ ਮਿਨਿਸਟਰਾਂ ਦੀ ਕਮੇਟੀ ਨੂੰ ਹੈੱਡ ਕੀਤਾ ਸੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ, ਉਹਨਾਂ ਨੇ ਆਪਣੀ ਰਿਕਮੈਂਡੇਸ਼ਨ ਦਿੱਤੀ ਸੀ ਉਦੋਂ। ਮੋਦੀ ਸਾਹਿਬ ਨੇ ਜੀ, ਉਹ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਸੀ, ਮੋਦੀ ਸਾਹਿਬ ਚੀਫ ਮਿਨਿਸਟਰ ਸੀ, ਚੀਫ ਮਿਨਿਸਟਰਾਂ ਦੀ ਕਮੇਟੀ ਬਣੀ ਸੀ ਅਤੇ ਉਸ ਕਮੇਟੀ ਦੇ ਹੈੱਡ ਨੇ ਕਿਹਾ ਕਿ MSP ਨੂੰ ਸਟੈਚਰੀ ਲੀਗਲ ਹੋਣਾ ਚਾਹੀਦਾ ਤੇ ਅੱਜ ਮੁੱਕਰ ਕੇ। ਮੈਡਮ, ਹਰਸਿਮਰਤ ਕੌਰ ਬਾਦਲ ਨੇ ਕੱਲ੍ਹ ਲੋਕ ਸਭਾ ਦੇ ਵਿੱਚ ਜਿਹੜੀ ਸਪੀਚ ਦਿੱਤੀ, ਉਸ ਚੀਜ਼ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਦਮਦਾਰ ਸਪੀਚ ਸੀਗੀ ਕੱਲ੍ਹ ਉਹਨਾਂ ਦੀ। ਚੰਗੀ ਗੱਲ ਹੈ, ਹੋਰ ਕੀ, ਉਹਨਾਂ ਨੇ ਸੱਚਾਈ ਦੱਸੀ ਹੈ, ਜੋ ਸੱਚਾਈ ਹੈ ਉਹਨੇ ਸੱਚਾਈ ਦੱਸੀ ਹੈ, ਕਿਉਂਕਿ ਮੈਂ ਉਹਨਾਂ ਨੂੰ ਵਧਾਈ ਦੇਣਾ, ਬੜੀ ਵਧੀਆ ਤਰੀਕੇ ਨਾਲ ਉਹਨੇ ਪੰਜਾਬ ਦਾ ਪੱਖ ਰੱਖਿਆ। ਰਵਨੀਤ ਸਿੰਘ ਬਿੱਟੂ ਨੇ ਯੋਗਿੰਦਰ ਯਾਦਵ ਨੂੰ ਜਿਹੜਾ 26 ਜਨਵਰੀ 'ਤੇ ਲਾਲ ਕਿਲੇ 'ਤੇ ਜਿਹੜੀ ਹੋਈ ਹੈ ਉਹਦਾ ਦੋਸ਼ੀ ਦੱਸਿਆ ਸੀਗਾ ਕੱਲ੍ਹ। ਉਸ ਮੈਂ ਇਹਨਾਂ ਦੇ ਜਵਾਬ, ਇਹਨਾਂ ਨੂੰ ਜੋ ਕਿਹਾ ਮੈਂ ਉਹਨਾਂ, ਤੁਸੀਂ ਤਾਂ ਮੇਰੇ ਬਾਰੇ ਗੱਲ ਕਰੋ, ਇਲੈਕਸ਼ਨ ਪਾਰਟੀ ਬਾਰੇ, ਮੈਂ ਲੋਕਾਂ ਦੇ ਕਮੈਂਟਾਂ ਬਾਰੇ ਮਨੀ ਬੈਠੀ। ਐਲਸ਼ਨ ਦਾ ਚੁਣਾਵ ਹੋ ਜਾ ਰਿਹਾ ਸਰ, ਉਸ ਨੂੰ ਲੈ ਕੇ ਅੱਜ ਅਕਾਲੀ ਦਲ ਵੱਲੋਂ ਕੀ ਪ੍ਰੈਸ ਕਾਨਫਰੰਸ? ਕਿਹੜੇ ਇਲੈਕਸ਼ਨ? MC ਚੁਣਾਵ ਜਿਹੜੇ ਹੋਣ ਜਾ ਰਹੇ। MC ਇਲੈਕਸ਼ਨ ਮੈਂ ਸ਼ੁਰੂ ਹੀ ਇੱਥੋਂ ਕੀਤਾ ਸੀ ਕਿ ਆਹ LMC ਇਲੈਕਸ਼ਨ ਨਹੀਂ, ਆਹ ਸਰਕਾਰੀ ਇਲੈਕਸ਼ਨ ਹੈ। ਜਿਹੜਾ ਇਲੈਕਸ਼ਨ ਕਮਿਸ਼ਨ ਹੈ ਆਪਣਾ ਪੰਜਾਬ ਦਾ, ਮੈਨੂੰ ਲੱਗਦਾ ਉਹਨੂੰ ਤਾਂ ਡੁੱਬ ਜਾਣਾ ਚਾਹੀਦਾ ਕੌਲੀ 'ਚ ਪਾਣੀ ਪਾ ਕੇ।
मैं कहना सब तो निकम्मा निखिद नलायक इलैक्शन कमीशन पंजाब का है वो जिहड़ा इलैक्शन कमीशन बनाया मैं लगता उन्हों का मैं लगता फिट नहीं है वह तो चवा मुख्यमंत्री की झोली च बैठा है मुख्यमंत्री सवेरे कहता उठ खड़ शाम कहता बह जा इलैक्शन मैं लगता ए जे बंदे मैं उ बेनती करता कि ए जे इंसान को तो इलैक्शन कमीशन तो डिसमिस करना चाहिए बिना पोस्टर तो जो चुनाव प्रचार कर रही है अकाली दल फुल फ्लैज होकर सामने आके जो चुनाव लड़ती हुई नजर आ रही पर ज्यादातर बीजेपी के जो कैंडीडेट है वो चुनाव प्रचार जो कर रहे हैं बैनर बुनर कोई नहीं ला रहे देखो कि पाप किया कांग्रेस के एमएलए ने परिवार खत्म कर दिता ਤੇ ਤੁਸੀਂ ਅਫਸੋਸ ਦੀ ਗੱਲ ਹੈ ਜਿਵੇਂ ਮੈਂ ਕਿਹਾ ਪੁਲਿਸ ਦਾ ਇੰਨਾ ਇੱਕ ਬੰਦੇ ਬਾਈ ਨੇਮ ਸੁਸਾਈਡ ਹੋਇਆ ਇੱਕ ਬੰਦੇ ਨੂੰ ਅਰੈਸਟ ਨਹੀਂ ਕੀਤਾ ਸ਼ਰੇਆਮ ਐਮ ਐਲ ਏ ਵੀ ਸ਼ਰੇਆਮ ਉਹਦਾ ਸਾਲਾ ਵੀ ਘੁੰਮ ਰਿਹਾ ਇਹ ਤਾਂ ਆਹ ਪੁਲਿਸ ਕੀ ਹੈ ਆਹ ਪੁਲਿਸ ਹੈ ਮਤਲਬ ਵਰਦੀ ਪਾਉਣੀ ਹੈ ਮਤਲਬ ਸ਼ਰਮ ਦੀ ਗੱਲ ਹੈ ਇਹਨਾਂ ਨੂੰ ਕੁਮਾਰ ਸਾਹਿਬ ਪੰਜਾਬ ਅਸ਼ਵਨੀ ਸ਼ਰਮਾ ਕਹਿ ਕੇ ਗਏ ਨੇ ਵੀ ਮੋਦੀ ਦੇ ਵਿੱਚ ਅਕਾਲੀ ਦਲ ਨੂੰ ਕੋਈ ਕੈਂਡੀਡੇਟ ਨਹੀਂ ਮਿਲਿਆ ਸਾਡੇ ਤਾਂ ਸਾਰੇ ਕੈਂਡੀਡੇਟ ਚੱਲ ਰਹੇ ਲੜ ਰਹੇ ਅਸੀਂ ਤਾਂ ਬੇਨਤੀ ਕਰਦੇ ਹਾਂ ਕਿ ਪਰਵਾਹ ਨਾ ਕਰੋ ਡੱਟ ਕੇ ਲੜੋ ਇੰਨੀ ਜ਼ਾਲਿਮ ਸਰਕਾਰ ਜਿਹੜੀ ਕਰਪਟ ਸਰਕਾਰ ਹੈ ਜੇ ਲੁੱਟਿਆਂ ਦੀ ਲੁਟੇਰਿਆਂ ਦੀ ਸਰਕਾਰ ਹੈ ਇਹ ਸਰਕਾਰ ਨੂੰ ਚਲਦਾ ਕਰਨਾ ਬਹੁਤ ਜ਼ਰੂਰੀ ਹੈ ਐਮ ਸੀ ਇਲੈਕਸ਼ਨ ਡਰਨ ਦੀ ਲੋੜ ਨਹੀਂ ਡੱਟ ਕੇ ਵੋਟ ਪਾ ਕੇ ਇਹਨਾਂ ਨੂੰ ਕੱਢੋ ਮੈਂ ਆਪਣੇ ਇਹ ਮੋਢਿਆਂ ਅਤੇ ਗੋਢਿਆਂ ਤੋਂ ਬਹੁਤ ਦੁਖੀ ਸੀ ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ ਮੈਂ ਦੱਸ ਵੀ ਨਹੀਂ ਸਕਦਾ ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ ਮੋਢੇ ਵੀ ਓਕੇ ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ ਫੀ ਰਿਲੀਫ ਹਮੇਸ਼ਾ ਯਾਦ ਰੱਖੋ ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ ਮੈਂ ਇਹ ਤੇਲ 3 ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ ਇਹ ਬਿਲਕੁਲ ਆਯੁਰਵੈਦਿਕ ਤੇਲ ਹੈ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਅਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ ਕਿਤੇ ਸੁਸਾਇਟੀ 'ਚ ਬੈਠੇ ਹਾਂ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੋਨਫੀਡੈਂਸ ਬਿਲਡ ਕੀਤਾ ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੋਨਫੀਡੈਂਟ ਹਾਂ ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ